ਤੁਹਾਨੂੰ ਆਯੁਰਵੇਦ ਦੀ ਉਸ ਚਮਤਕਾਰੀ ਬੂਟੀ ਦੀ ਜਾਣਕਾਰੀ ਦੇਣ ਜਾ ਰਿਹਾ ਹਾਂ ਜਿਸ ਦੇ ਨਾਲ ਤੁਸੀਂ ਆਪਣੇ ਭਿਆਨਕ ਤੋਂ ਭਿਆਨਕ ਬਿਮਾਰੀ ਦਾ ਇਲਾਜ ਆਪ ਹੀ ਆਪਣੇ ਘਰ ਵਿੱਚ ਕਰ ਸਕਦੇ ਹੋ। ਇਹ ਦੁਰਲਭ ਜੜੀ ਬੂਟੀ ਹੈ ਅਰਕਮਦਾਰ। ਇਹ ਹੈ ਅਰਕਮਦਾਰ, ਆਕੜੋ ਖਾਰਕ ਉਸਰ ਜਾਂ ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਅਸੀਂ ਅੱਕ ਦੇ ਨਾਮ ਨਾਲ ਵੀ ਜਾਣਦੇ ਹਾਂ। ਇਸ ਦਾ ਜੋ ਵਨਸਪਤੀ ਨਾਮ ਹੈ ਉਹ ਹੈ ਕੈਲੈਟ੍ਰੋਪਿਸ ਜਗੰਟੀਆ। ਸਾਥੀਓ, ਜੇਕਰ ਆਪਣੇ ਨੇੜੇ ਦੀਆਂ ਜੜੀਆਂ ਬੂਟੀਆਂ ਅਤੇ ਉਹਨਾਂ ਨਾਲ ਕੀਤੇ ਜਾਣ ਵਾਲੇ ਜੋ ਹਨ ਇਲਾਜ, ਉਹਨਾਂ ਦੀ ਆਪ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਮੇਰੇ ਇਸ ਦਿਹਾਤੀ ਜੜੀ ਬੂਟੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪ ਜੀ ਨੂੰ ਆਉਣ ਵਾਲੀਆਂ ਬੂਟੀਆਂ ਦੀ ਜਾਣਕਾਰੀ ਜੋ ਹੈ ਸਮੇਂ ਸਿਰ ਪ੍ਰਾਪਤ ਹੋ ਸਕੇ। ਇਸ ਵੀਡੀਓ ਵਿੱਚ ਆਪ ਦੇਖ ਰਹੇ ਹੋ ਇਹ ਹੈ ਅਰਕਮਦਾਰ ਦਾ ਪੌਦਾ, ਜਿਸ ਨੂੰ ਆਮ ਕਰਕੇ ਕਿਸਾਨ ਲੋਕ ਹਨ ਜੋ ਹਨ ਉਹ ਫਾਲਤੂ ਸਮਝ ਕੇ ਇਸ ਨੂੰ ਆਪਣੇ ਖੇਤਾਂ ਦੇ ਵਿੱਚੋਂ ਬਾਹਰ ਸੁੱਟ ਦਿੰਦੇ ਹਨ। ਪਰ ਉਹਨਾਂ ਕਿਸਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਜੜੀ ਬੂਟੀ ਜਾਂ ਅਕਮਦਾਰ ਹੈ। ਇਹ ਇੱਕ ਸੈਂਕੜੇ ਰੋਗਾਂ ਦੀ ਇੱਕ ਦਵਾ ਹੈ। ਸਾਥੀਓ, ਤੁਸੀਂ ਦੇਖਿਆ ਹੋਵੇਗਾ ਕਿ ਅੱਕ ਦਾ ਪੌਦਾ ਜੋ ਹੈ ਆਮ ਕਰਕੇ ਤੁਹਾਨੂੰ ਫਾਲਤੂ ਜਗ੍ਹਾ 'ਤੇ ਹੀ ਉੱਗਿਆ ਹੋਇਆ ਮਿਲੇਗਾ, ਜਿਸ ਦੀ ਉਚਾਈ ਲਗਭਗ 7-8 ਫੁੱਟ ਅਤੇ ਇਸ ਦੇ ਪੱਤਰ 6-7 ਇੰਚ ਲੰਬੇ ਅਤੇ 3-4 ਇੰਚੀ ਚੌੜੇ ਅਤੇ ਗੋਲ ਮੋਟੇ ਬੋਹੜ ਦੇ ਪੱਤਰਾਂ ਦੀ ਤਰ੍ਹਾਂ ਹੁੰਦੇ ਹਨ। ਅੱਕ ਦੇ ਜੇਕਰ ਕਿਸੇ ਵੀ ਅੰਗ ਨੂੰ ਤੋੜਿਆ ਜਾਵੇ ਤਾਂ ਇਹਨਾਂ ਵਿੱਚੋਂ ਜੋ ਹੈ ਸਫੇਦ ਰੰਗ ਦਾ ਦੁੱਧ ਨਿਕਲਦਾ ਹੈ। ਅੱਕ ਦੇ ਪੌਦੇ 'ਤੇ ਲਗਭਗ ਜੋ ਹੈ 1/2 ਇੰਚ ਆਕਾਰ ਦੇ ਜੋ ਹਨ ਇਸ ਤਰ੍ਹਾਂ ਦੇ ਇੱਕ ਡੰਡੀ 'ਤੇ 7-8 ਫੁੱਲ ਲੱਗਦੇ ਹਨ। ਇਸ ਤੋਂ ਬਾਅਦ ਇਸ ਦੇ ਉੱਤੇ ਜੋ ਹੈ ਫਲ ਲੱਗਦਾ ਹੈ ਜੋ ਅੰਬ ਦੇ ਆਕਾਰ ਦਾ ਹੁੰਦਾ ਹੈ, ਪਰ ਉਸ ਦੇ ਵਿੱਚ ਜੋ ਹੈ ਰੂਈ ਭਰੀ ਹੁੰਦੀ ਹੈ। ਰੂਈ ਦੇ ਨਾਲ ਜੋ ਹੈ ਇਸ ਦੇ ਵਿੱਚ ਜੋ ਹਨ ਕਾਲੇ ਰੰਗ ਦੇ ਬੀਜ ਪਾਏ ਜਾਂਦੇ ਹਨ ਜੋ ਕਿ ਅਸ਼ੁੱਧੀਆਂ ਦੇ ਲਈ ਵੀ ਕਈ ਵਾਰੀ ਕੰਮ ਆਉਂਦੇ ਹਨ। ਪੰਜਾਬ ਵਿੱਚ ਆਮ ਕਰਕੇ ਜੋ ਅੱਕ ਹੈ 2 ਪ੍ਰਕਾਰ ਦਾ, ਲਾਲ ਅਤੇ ਸਫੈਦ ਰੰਗ ਦਾ 2 ਪ੍ਰਕਾਰ ਦਾ ਪਾਇਆ ਜਾਂਦਾ ਹੈ, ਪਰ ਇਹ ਜੋ ਅੱਕ ਹੈ ਇਹ ਲਾਲ ਅੱਕ ਹੈ। ਲਾਲ ਅੱਕ ਦਾ ਜੋ ਦੀ ਪਛਾਣ ਹੈ ਜੋ ਉਹ ਇਸ ਦੇ ਫੁੱਲਾਂ ਦੇ ਅੰਦਰੋਂ ਦੇਖ ਕੇ ਹੀ ਪਤਾ ਲੱਗਦਾ ਹੈ, ਕਿਉਂਕਿ ਲਾਲ ਅੱਕ ਜੋ ਹੈ ਇਸ ਦੇ ਅੰਦਰੋਂ ਜੋ ਫੁੱਲ ਹਨ ਜਾਮਨੀ ਹੁੰਦੇ ਹਨ, ਪਰ ਜੋ ਸਫੈਦ ਅੱਕ ਹੈ ਉਸਦੇ ਫੁੱਲ ਹਨ ਜਿਸ ਤਰ੍ਹਾਂ ਬਾਹਰੋਂ ਸਫੈਦ ਹਨ ਉਸੇ ਤਰ੍ਹਾਂ ਉਹ ਅੰਦਰੋਂ ਵੀ ਸਫੈਦ ਹੁੰਦੇ ਹਨ। ਇਹ ਜੋ ਪ੍ਰਾਚੀਨ ਸਮਿਆਂ ਤੋਂ ਹੀ ਜਿਹੜਾ ਰਿਸ਼ੀ ਮੁਨੀ ਲੋਕ ਸਨ ਪਸ਼ੂਆਂ ਅਤੇ ਮਨੁੱਖਾਂ ਦੇ ਜਿਹੜੇ ਭਿਆਨਕ ਤੋਂ ਭਿਆਨਕ ਰੋਗਾਂ ਦਾ ਇਲਾਜ ਇਸ ਅੱਕ ਦੇ ਪੌਦੇ ਦੇ ਨਾਲ ਹੀ ਕਰਦੇ ਸਨ, ਜਿਸ ਕਰਕੇ ਉਹਨਾਂ ਨੇ ਜੋ ਅੱਕ ਦੇ ਪੌਦੇ ਦੇ ਗੁਣ ਜੋ ਹਨ ਜਾਂ ਇਹਨਾਂ ਦੇ ਗੁਣਾਂ ਦਾ ਜੋ ਵਰਣਨ ਹੈ ਆਪਣੇ ਪ੍ਰਾਚੀਨ ਗ੍ਰੰਥਾਂ ਭਾਗਵਤ, ਤਨੰਤਰ, ਚਰਕ ਅਤੇ ਭਾਵ ਪ੍ਰਕਾਸ਼ ਗ੍ਰੰਥਾਂ ਵਿੱਚ ਵੀ ਕੀਤਾ ਹੋਇਆ ਹੈ। ਮਾਧਵ ਗ੍ਰੰਥ ਵਿੱਚ ਰੋਗਾਂ ਅਤੇ ਬਿਮਾਰੀਆਂ ਦੇ ਲੱਛਣਾਂ ਦਾ ਵਰਣਨ ਕੀਤਾ ਗਿਆ ਹੈ। ਵੈਸੇ ਜੀ ਰਤਨਾਵਲੀ ਅਤੇ ਅੰਮ੍ਰਿਤ ਸਾਗਰ ਗ੍ਰੰਥਾਂ ਵਿੱਚ ਬੂਟੀਆਂ ਨਾਲ ਕੀਤੇ ਜਾਣ ਵਾਲੇ ਇਲਾਜਾਂ ਦਾ ਜ਼ਿਕਰ ਮਿਲਦਾ ਹੈ। ਇਹਨਾਂ ਪ੍ਰਾਚੀਨ ਗ੍ਰੰਥਾਂ ਦੀ ਖੋਜ ਪੜਤਾਲ ਕਰਕੇ ਲਗਭਗ ਕਈ ਬਿਮਾਰੀਆਂ ਦੇ ਇਲਾਜ ਲੱਭੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਪੀਲੀਆ ਅਤੇ ਬਵਾਸੀਰ ਦੇ ਸੈਂਕੜੇ ਜੋ ਰੋਗੀ ਹਨ ਠੀਕ ਹੋ ਚੁੱਕੇ ਹਨ। ਇਹਨਾਂ ਵਿੱਚੋਂ ਇੱਕ
जो बवासीर दा जो नुस्खा है आप नोट कर सकते हो कि लगभग इस तरह के जो 50 पत्र है तुसी अक मदार दे लै लो ते 100 ग्राम सरों का तेल ते 100 ग्राम पंजे पीसे हुए नमक सेंधा काला वड़िंग खारी ते सांबर हरेक ही नमक की मात्रा लगभग 20 ग्राम। हुण नमक ते तेल नू आपस विच मिला लो ते इस घोल नू लेवी दी तरह इन्हां जो पत्रां दे उत्ते है लगा लो ते इन्हां पत्रां नू जो है अग जां तवे दे उत्ते चंगी तरह साड़ के इन्हां दी सवाह कर लो। जदों ये पत्र सड़ जाण तां इन्हां नू किसे खरल विच पा के बरीक सुरमे दी तरह पीस लो। बस साथियों यही तुहाडी बवासीर दी जो दवाई है तैयार है। इस विचों जो लगभग दो दो जो रती है दवाई सवेरे ते शाम नू गर्म पानी दे नाल बवासीर दे मरीज नू देण नाल उसकी जो बवासीर है सदा लई जो है जड़ तों ही खत्म हो जाती है। ये दवाई सिर्फ 7 दिन ही देनी है। दूसरी दवाई जो है उन्हां पीलिए दे रोगियों लई है जिन्हां दियां अखां नौं अते मल मूत्र हल्दी दी तरह पीले हो चुके हन। उन्हां लई अक दी करूंबल दे अखीरले इस तरह दे पत्तर ये जो है करूंबल दे अखीरले पत्तर लै के उन्हां नूं तुसीं हथेली दे उत्ते मसल के इन्हां नूं गोली दी तरह बना लो ते ये गोली जो है लगभग 10 ग्राम जो खोया है जां मावा है उस दे विच रख के ते उस दे पीलिए दे मरीज नूं तुसीं सुबह सवेरे जो है उस नूं खाण लई दे दे दिओ ते उपरों लगभग जिहड़ा है 1 गिलास पीलिए दे मरीज नूं दुध पिला दिओ। इस तरह सिर्फ 3 दिन ही जिहड़ा है ये दवाई देण दे नाल उसका किसी भी किस्म का जो पीलिया रोग है भावें वह काला पीलिया होवे बिल्कुल ही ठीक हो जाता है। ये जो चिकित्सा है ये सिर्फ 3 दिन ही करनी है। तो इस विच जो शर्त यह है कि जो एक करूंबल है रोजाना ही जो है वो ताजी लेनी चाहिए है। अंत विच मेरा वीडियो बनाने का मकसद सिर्फ इन्ना है कि जेकर तुसी जड़ियां बूटियां की जानकारी रखोगे तो लोड़ पैण ते तुसी अपनी किसी बीमारी का आप इलाज कर सकोगे। इसलिए आप मेरे चैनल नूं सबसक्राइब कर लो ता कि आने वाली वीडियो का नोटिफिकेशन आप नूं समय सिर मिल सके ते सब तो पहला वीडियो देखने लई घंटे वाले बटन दबा लो ता कि अगली आने वाली जड़ी बूटी और उस नाल कीते जाण वाले इलाज का आप नूं पता लग सके।